welcom guys on my youtube channel you are watching my channel aisles with sofia aaj apa 23rd q card karan lagge ha final version de vich hama kar pdf september to december 2021 guys q card da name ki hai ga va describe a place oh place dassne hai jithe tusi vacation te gaye ho mo theek hai chuttiyan de vich kithe hai kado gaye what you did uth jaake ki kita te ho gaye us jagah te theek hai guys ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਇੰਟਰੋਡਕਸ਼ਨ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਕਿ ਜਿਹੜੇ ਫਰਸਟ 20 ਸੈਕਿੰਡ ਕਿਊ ਕਾਰਡਸ ਹੈਗੇ ਨੇ ਮੈਂ ਆਲਰੇਡੀ ਅਪਲੋਡ ਕਰ ਚੁੱਕੀ ਆ ਠੀਕ ਹੈ ਉਹਨਾਂ ਨੂੰ ਵੇਖਣ ਦੇ ਲਈ ਤੁਸੀਂ ਮੇਰੇ ਚੈਨਲ ਦੇ ਪਲੇਲਿਸਟ ਤੇ ਚੈੱਕ ਕਰ ਸਕਦੇ ਹੋ ਪਲੇਲਿਸਟ ਦਾ ਨਾਮ ਹੈਗਾ ਵਾ ਸਪਟੰਬਰ ਟੂ ਡਿਸੰਬਰ 2021 ਠੀਕ ਹੈ ਉੱਥੇ ਤੁਸੀਂ ਬਹੁਤ ਸਾਰੇ ਕਿਊ ਕਾਰਡਸ ਵੇਖੋਗੇ 22 ਕਿਊ ਕਾਰਡ ਵੇਖੋਗੇ ਤੇ ਵਿੱਚ ਕੀ ਹੈ ਮੈਂ ਹਰ ਇੱਕ ਵੀਡੀਓ ਅਪਲੋਡ ਕੀਤੀ ਹੋਈ ਤੇ ਬਹੁਤ ਜ਼ਿਆਦਾ ਵਧੀਆ ਆਈਡੀਆ ਤੁਸੀਂ ਦੇਖੋਗੇ ਹਰ ਇੱਕ ਵੀਡੀਓ ਦੇ ਵਿੱਚ ਇਵਨ ਕਿ ਦੂਸਰਿਆਂ ਨਾਲੋਂ ਹਾਂਜੀ ਗਾਇਸ ਇਹ ਮੈਨੂੰ 100% ਸ਼ੋਰ ਹੈ ਕਿ ਡੈਫੀਨੇਟਲੀ ਯੂ ਵਿਲ ਗੈਟ ਸਮਥਿੰਗ ਨਿਊ ਐਂਡ ਯੂਨੀਕ ਫ্রম ਥੈਟ ਵੀਡੀਓਜ਼ ਪਲੀਜ਼ ਵਾਚ 댓 ਵੀਡੀਓਸ ਆਫਟਰ ਵਾਚਿੰਗ ਥਿਸ ਵੀਡੀਓ ਓਕੇ ਨਾਓ ਵੀ ਵਿਲ ਸਟਾਰਟ ਇੰਟਰੋਡਕਸ਼ਨ ਆਫ ਦੀ ਕਿਉ ਨੂੰ ਯਾਦ ਹੈ ਕਿ ਆਪਾਂ ਇੱਕ ਕਿਉ ਕਾਰਡ ਕੀਤਾ ਸੀ ਬਾਈਕ ਮੋਟਰਸਾਈਕਲ ਵਾਲਾ ਠੀਕ ਹੈ ਉਸ ਕਿਉ ਕਾਰਡ ਦੇ ਵਿੱਚ ਮੈਂ ਡਲੋਜੀ ਵਾਲਾ ਆਈਡੀਆ ਯੂਜ਼ ਕੀਤਾ ਸੀ ਇਹਦੇ ਵਿੱਚ ਵੀ ਮੈਂ ਡਲੋਜੀ ਵਾਲਾ ਇਹੀ ਆਈਡੀਆ ਯੂਜ਼ ਕੀਤਾ ਹੈ ਤਾਂ ਕਿ ਤੁਹਾਨੂੰ ਈਜ਼ੀ ਹੋ ਜਾਏ ਯਾਨੀ ਕਿ ਤੁਸੀਂ ਇੱਕ ਆਈਡੀਆ ਚੱਕੋ ਤੇ ਹਰ ਕਿਉ ਕਾਰਡ ਦੇ ਵਿੱਚ ਜਿੱਕਰ ਵਾਰ ਸਕਦੇ ਉਹਦਾ ਵਾਰ ਦੋ ਠੀਕ ਹੈ ਇੰਨੇ ਕੋਈ ਬਾਰ-ਬਾਰ ਡਿਫਰੈਂਟ ਡਿਫਰੈਂਟ ਆਈਡੀਆ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੈਂ ਇੱਥੇ ਡਲੋਜੀ ਵਾਲੇ ਵਾਰਤਾ ਵੇਖੋ ਮੈਂ ਕਿੱਦਾਂ ਸੈੱਟ ਕੀਤਾ ਹੈ to be honest i love vacations because at that time i get chance to enjoy the nature also time to spend with family i have visited so many places during vacation like chandigarh mumbai and so on but today i want to talk with you about that place where i enjoyed too much in vacations ਗਾਈਜ਼ ਇੰਟਰੋਡਕਸ਼ਨ ਤੇ ਮੈਂ ਪੰਜਾਬੀ ਤਾਂ ਨਹੀਂ ਤੁਹਾਨੂੰ ਦੱਸੀ ਮੈਨੂੰ ਲੱਗਦਾ ਸਿੰਪਲ ਹੀ ਸੀ ਕਿ ਮੇਰੇ ਪੜਦੇ ਪੜਦੇ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਠੀਕ ਹੈ ਵੇਅਰ ਕਿੱਥੇ ਆ ਕਿ ਪਿਛਲੇ ਸਾਲ ਸਪਟੰਬਰ ਦੇ ਮਹੀਨੇ ਅਸੀਂ ਦਲਹੋਜ਼ੀ ਗਏ ਆਪਣੀ ਫੈਮਿਲੀ ਦੇ ਨਾਲ ਅਸੀਂ ਇਹ ਪਲੇਸ ਇਸ ਕਰਕੇ ਚੁਣੀ ਜਾਂਦੇ ਲਈ ਕਿਉਂਕਿ ਅਸੀਂ ਇੱਕ ਤਾਂ ਸੀ ਇੱਥੇ ਕਦੇ ਵਿਜ਼ਿਟ ਨਹੀਂ ਕੀਤਾ ਹੋਇਆ ਸੀ ਦੂਸਰਾ ਕੀ ਹੈ ਮੇਰੇ ਫਰੈਂਡਸ ਨੇ ਵੀ ਦੱਸਿਆ ਸੀ ਕਿ ਦਲਹੋਜ਼ੀ ਇਸ ਦਾ ਬੈਸਟ ਪਲੇਸ ਹੈ ਫॉर ਸਪੈਂਡਿੰਗ ਹੌਲੀਡੇ ਹੁਣ ਆਪਾਂ ਸੈਕੰਡ ਕੁਐਸਚਨ ਕਰੀਏ

Then we did shopping. Moreover, we all clicked lots of pictures with each other near the Himalayas. We enjoyed their nature too much. Even I was feeling like I am in the 랩 ఆఫ్ 네처 랩 ਕੀ ਹੁੰਦਾ ਵੈ ਗੋਦੀ ਕਿ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਮੈਂ ਕੁਦਰਤ ਦੀ ਗੋਦੀ ਵਿੱਚ ਹਾਂ ਹੁਣ ਆਪਾਂ ਕਰੀਏ ਫੋਰਥ ਕੁਐਸਚਨ ਜੋ ਕਿ ਗਾਈਜ਼ ਤੁਹਾਡਾ ਲਾਸਟ ਕੁਐਸਚਨ ਹੈ ਇਸ ਤੋਂ ਬਾਅਦ ਤੁਸੀਂ ਕਰੋਗੇ ਫਾਲੋਅ ਅਪਸ ਐਂਡ ਐਕਸਪਲੇਨ ਵਾਈ ਯੂ ਵੈਂਟ देयर ਤੁਸੀਂ ਹੁਣ ਦੱਸੋ ਕਿ ਤੁਸੀਂ ਉੱਥੇ ਗਏ ਕਿਉਂ ਸੀ ਫਰਸਟ ਰੀਜ਼ਨ ਵਾਸ ਵੀ ਨੇਵਰ ਸੀਨ ਥਿਸ ਹਿਲ ਸਟੇਸ਼ਨ ਸੈਕੰਡਲੀ ਵੀ 올 ਫੈਮਿਲੀ ਮੈਂਬਰਸ ਵਾਂਟਡ ਟੂ ਸਪੈਂਡ ਟਾਈਮ ਵਿਦ ਈਚ ਅਦਰ ਇਨ ਦਾ ਗ੍ਰੀਨਰੀ ਏਰੀਆ last but not least reason was my friends praised the quality of food of dalhozi so number of reasons behind this why we choose this place ki mere friends ne vi dassaya si ki uthon de food di quality vi bahut zyada vadiya ve tuhannu pachtana nahi pavega tuhannu repent nahi karna pavega theek hai is karke bahut sare karan se ki assi dalhozi ek place choose guys follow ups ki hai gaye hain ਵਟ ਆਰ ਸਮ ਪਪੂਲਰ ਅਟਰੈਕਸ਼ਨ ਥੈਟ ਪੀਪਲ ਲਾਈਕ ਟੂ ਵਿਜ਼ਿਟ ਇਨ ਯੋਰ ਕੰਟਰੀ ਕਿਹੜੀਆਂ ਕਿਹੜੀਆਂ ਪਪੂਲਰ ਅਟਰੈਕਸ਼ਨ ਦੇ ਵਿੱਚ ਕਿ ਜਿੱਥੇ ਲੋਕ ਵਿਜ਼ਿਟ ਕਰਨਾ ਪਸੰਦ ਕਰਦੇ India is a diverse country. There are so many tourist places which attract to tourists. For example, shrines, shrines, guys, Hunde Gurdwara. forts, parks, restaurants, and museums. In my nation, the most famous tourist place is Golden Temple. In Amritsar, where not only public of India visit but also by foreigners, this place is enjoyed. So Napa second question to all people, young people like to go. ਓਲਡ ਤੇ ਯੰਗ ਪੀਪਲ ਦੋਨੋਂ ਡਿਫਰੈਂਟ ਡਿਫਰੈਂਟ ਪਲੇਸਿਸ ਤੇ ਜਾਣਾ ਪਸੰਦ ਕਰਦੇ ਆ ਵਕੇਸ਼ਨ ਦੇ ਵਿੱਚ ਐਕਚੁਅਲੀ ਸਮ ਪਲੇਸਿਸ ਆਰ ਲਾਈਕਡ ਬਾਈ ਬੋਥ ਜਨਰੇਸ਼ਨ ਲਾਈਕ ਪਾਰਕ ਬਟ ਸਮ ਪਲੇਸਿਸ ਓਲਡਰ ਪੀਪਲ ਫੋਰ ਐਗਜ਼ਾਮਪਲ ਰਿਲੀਜੀਅਸ ਓਲਡਰ ਪੀਪਲ ਪ੍ਰੈਫਰ ਕਰਦੇ ਆ ਰਿਲੀਜੀਅਸ ਵਿਚ ਯੰਗਸਟਰਸ ਡੋਨਟ ਪ੍ਰੈਫਰ ਮੋਸਟਲੀ ਦੇ ਲਾਈਕ ਟੂ ਗੋ ਔਨ ਬੀਚਸ ਰੈਸਟੋਰੈਂਟਸ ਅਮਿਊਜ਼ਮੈਂਟ ਪਾਰਕ ਹਿਲੀ ਏਰੀਆਸ ਐਂਡ ਸੋ ਔਨ ਠੀਕ ਹੈ ਥਰਡ ਕੁਐਸਚਨ ਵਟ ਡੂ 올ਡ ਐਂਡ ਯੰਗ ਪੀਪਲ ਥਿੰਕ ਅਬਾਊਟ ਵੈਨ ਮੇਕਿੰਗ ਟਰੈਵਲ ਪਲਾਨ ਕਿਉ ਕਿਹੜੇ ਕਿਹੜੇ ਪਲਾਨਸ ਦੇ ਬਾਰੇ ਸੋਚਦੇ ਆ 올ਡ ਪੀਪਲ ਕਿਹੜੇ ਪਲਾਨ ਬਾਰੇ ਸੋਚਦੇ ਆ ਤੇ ਯੰਗ ਪੀਪਲ ਕਿਹੜੇ ਬਾਰੇ ਸੋਚਦੇ ਆ ਜੇ ਤੁਹਾਨੂੰ ਆਈਡੀਆ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੀ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹਨਾਂ ਨੂੰ ਵੀ ਈਜ਼ੀ ਆਈਡੀਆ ਮਿਲ ਸਕੇ ਠੀਕ ਹੈ ਕਿਉਂਕਿ ਸ਼ੇਅਰਿੰਗ ਇਜ਼ ਕੇਅਰਿੰਗ ਯੂ نو ਵੈਰੀ ਵੈਲ ਓਕੇ ਆਲਮੋਸਟ ਸੀਨੀਅਰ ਸਿਟੀਜ਼ਨਸ ਥਿੰਕ ਅਬਾਊਟ देयर ਕੰਫਰਟ ਸੀਨੀਅਰ ਸਿਟੀਜ਼ਨਸ ਮੋਸ also plan to take medicine like which medicine is important for them while youngsters think about their enjoyment recreational activities ਜਿਹੜੀਆਂ ਕਰਦੇ ਆ furthermore they also make plans about the eatable things which they can eat or have while traveling ਕੀ ਜਿਹੜੀਆਂ ਔਰ ट्रैवलिंग ਕਰਦੇ ਕਰਦੇ ਖਾ ਸਕਦੇ ਉਹ ਸਭ ਕੁਝ ਪਲਾਨ ਕਰਦੇ ਆ ਤੁਸੀਂ ਈਟ ਵੀ ਕਹਿ ਸਕਦੇ ਹੋ ਗਾਇਸ ਤੁਸੀਂ ਹੈਵ ਵੀ ਕਹਿ ਸਕਦੇ ਹੋ ਠੀਕ ਹੈ ਬਟ ਹੈਵ ਕਹੋਗੇ ਤਾਂ ਵੈਰੀ ਗੁੱਡ फोर्थ ਕੁਸ਼ਨ ਗਾਇਸ ਲਾਸਟ ਕੁਸ਼ਨ ਇਸ ਤੋਂ ਬਾਅਦ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆਈਕਨ ਤੇ ਕਲਿੱਕ ਕਰਨਾ ਹੈ ਤਾਂ ਕਿ ਤੁਸੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਲੈ ਸਕੋ ਜਿਹੜੀਆਂ ਮੈਂ ਅਪਲੋਡ ਕਰਨੀਆਂ ਵੇ ਰਿਗਾਰਡਿੰਗ ਰਾਈਟਿੰਗ ਰੀਡਿੰਗ ਲਿਸਨਿੰਗ ਬਸ ਆ ਕਿਊ ਕਾਰਡ ਖਤਮ ਹੋਣ ਦੀ 대ਰ ਹੈ ਫਿਰ ਮੈਂ ਉਹੀ ਵੀਡੀਓਜ਼ ਅਪਲੋਡ ਕਰ ਰਿਆ ਕਰਨੀਆਂ ਮੈਂ ਠੀਕ ਹੈ ਹਾਊ ਡੂ ਪੀਪਲ ਗੈਟ ਟੂ ਨੋ ਅਬਾਊਟ ਨਿਊ ਪਲੇਸਿਸ ਲੋਕਾਂ ਨੂੰ ਨਵੇਂ ਪਲੇਸਿਸ ਦੇ ਬਾਰੇ ਕਿਵੇਂ ਪਤਾ ਲੱਗਦਾ ਹੈ ਮੋਸਟਲੀ ਪੀਪਲ ਗੈਟ ਨੌਲੇਜ ਆਫ ਨਿਊ ਪਲੇਸਿਸ ਥਰੂ ਸੋਸ਼ਲ ਮੀਡੀਆ ਆਲਸੋ ਕਨਫਰਮ ਫਰਮ their ਫਰੈਂਡਸ ਐਂਡ ਰਿਲੇਟਿਵਜ਼ ਮੋਰਓਵਰ ਦੇ ਆਲਸੋ ਨੋ ਫਰਮ ਦੀ ਨਿਊਜ਼ਪੇਪਰ ਮੈਗ 23rd day is wale cue card da idea vadhia lagya va then please share this video more and more with your friends comment karke dasso ki tuhannu kis tarah da idea lagya like bhi guys zarur kareya je te subscribe karna na bhulya je te tusi bell icon te bhi click karna main taaki tusi meri video di notification sab to pehla le sako jehde main upload karni ha main regarding how to improve reading and writing also listening okay guys bye bye god bless to all of you